ਗੁਰਦੁਆਰਾ ਸਾਹਿਬ ਵਿੱਚ ਵਾਪਰ ਗਈ ਅਨੋਖੀ ਘਟਨਾ। ਸੰਗਤ ਦੇ ਸਾਹਮਣੇ ਹੋਇਆ ਵੱਡਾ ਚਮਤਕਾਰ। ਸਿੰਘ ਨੇ ਪਹਿਲਾਂ ਕੀਤਾ ਪਾਠ, ਫਿਰ ਆਪਣੇ ਆਪ ਨੂੰ ਹੀ ਲਗਾ ਲਈ ਅੱਗ। ਉੱਤਰ ਪ੍ਰਦੇਸ਼ ਦੇ ਗੰਜ ਡਡਵਾਲਾ ਦੇ ਗੁਰਦੁਆਰਾ ਵਿੱਚ ਇੱਕ ਬਜ਼ੁਰਗ ਬਾਬਾ ਜੀ ਰਹਿੰਦੇ ਸਨ। ਉਹ ਸਾਰਾ ਦਿਨ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਪਾਠ ਹੀ ਕਰਦੇ ਰਹਿੰਦੇ ਸੀ ਤੇ ਸੇਵਾ ਕਰਦੇ ਰਹਿੰਦੇ ਸੀ। ਗੰਜ ਡਡਵਾਲਾ ਦੇ ਵਿੱਚ ਸਿੱਖਾਂ ਦੀ ਗਿਣਤੀ ਬਹੁਤ ਹੀ ਥੋੜ੍ਹੀ ਸੀ, ਮਜ਼ਾ ਹੀ 30-40 ਘਰ ਸਿੱਖਾਂ ਦੇ ਸਨ। ਪਰ ਉਹਨਾਂ ਨੇ ਮਿਲ ਕੇ ਇੱਕ ਗੁਰਦੁਆਰਾ ਸਾਹਿਬ ਬਣਾਇਆ ਸੀ। ਉਹ ਬਜ਼ੁਰਗ ਬਾਬਾ ਜੀ ਕਿੱਥੋਂ ਅਤੇ ਕਿਵੇਂ ਉੱਥੇ ਆ ਕੇ ਰਹਿਣ ਲੱਗੇ ਕਿਸੇ ਨੂੰ ਨਹੀਂ ਪਤਾ ਸੀ। ਉਹ ਬਾਬਾ ਜੀ ਇੱਕ ਫਕੀਰ ਬਿਰਤੀ ਵਾਲੇ ਆਦਮੀ ਸਨ ਜੋ ਆਪਣੇ ਤਨ ਤੇ ਬਹੁਤ ਘੱਟ ਕੱਪੜੇ ਪਹਿਨਦੇ ਸਨ। ਜ਼ਿਆਦਾਤਰ ਲੋਕ ਤਾਂ ਉਹਨਾਂ ਦਾ ਮਜ਼ਾਕ ਹੀ ਬਣਾਉਂਦੇ ਸਨ, ਪਰ ਕੁਝ ਸੱਚੇ ਸੁੱਚੇ ਗੁਰੂ ਘਰ ਵਾਲੇ ਲੋਕ ਉਹਨਾਂ ਦੀ ਕਦਰ ਕਰਦੇ ਸਨ ਤੇ ਉਹਨਾਂ ਨੂੰ ਇੱਕ ਰੱਬੀ ਰੂਹ ਮੰਨਦੇ ਸਨ। ਇੱਕ ਦਿਨ ਉਸ ਬਾਬਾ ਜੀ ਨੇ ਸੰਗਤ ਨੂੰ ਕਿਹਾ ਕਿ ਮੈਂ ਕੱਲ੍ਹ ਚਲੇ ਜਾਣਾ, ਤੇ ਸੰਗਤ ਇੱਕਦਮ ਹੈਰਾਨ ਹੋ ਗਈ ਤੇ ਪੁੱਛਣ ਲੱਗੇ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਜਾਂ ਤੁਹਾਡੀ ਸੇਵਾ ਦੇ ਵਿੱਚ ਕੋਈ ਕਮੀ ਹੈ। ਸੰਗਤ ਨੇ ਕਿਹਾ ਕਿ ਤੁਸੀਂ ਜੋ ਵੀ ਸੇਵਾ ਲਾਓਗੇ ਅਸੀਂ ਤਨਦੇਹੀ ਨਾਲ ਨਿਭਾਵਾਂਗੇ, ਇਸ ਬੁਢਾਪੇ ਦੀ ਉਮਰ ਵਿੱਚ ਤੁਸੀਂ ਕਿੱਥੇ ਜਾਓਗੇ। ਪਰ ਬਾਬਾ ਜੀ ਕਹਿਣ ਲੱਗੇ ਕਿ ਤੁਸੀਂ ਸਮਝੇ ਨਹੀਂ, ਮੈਂ ਕੱਲ੍ਹ ਇਸ ਦੁਨੀਆਂ ਤੋਂ ਹੀ ਚਲੇ ਜਾਣਾ। ਕੁਝ ਸੰਗਤਾਂ ਨੇ ਤਾਂ ਇਸ ਗੱਲ ਦਾ ਯਕੀਨ ਹੀ ਨਹੀਂ ਕੀਤਾ, ਪਰ ਕੁਝ ਸੰਗਤਾਂ ਨੇ ਵਿਰਾਗ ਵਿੱਚ ਆ ਕੇ ਪੁੱਛਿਆ ਕਿ ਬਾਬਾ ਜੀ ਜੇਕਰ ਤੁਸੀਂ ਚਲੇ ਹੀ ਜਾਣਾ ਤਾਂ ਤੁਸੀਂ ਹੀ ਦੱਸ ਦਿਓ ਕਿ ਤੁਹਾਡੇ ਸਰੀਰ ਨੂੰ ਅਗਨ ਭੇਟ ਕਰੀਏ ਜਾਂ ਫਿਰ ਜਲ ਪ੍ਰਵਾਹ ਕਰੀਏ, ਕਿਉਂਕਿ ਜ਼ਿਆਦਾਤਰ ਸੰਤਾਂ ਮਹਾਂਪੁਰਸ਼ਾਂ ਦੇ ਸਰੀਰ ਨੂੰ ਜਲ ਪ੍ਰਵਾਹ ਹੀ ਕੀਤਾ ਜਾਂਦਾ ਹੈ। ਇਹ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਮੈਂ ਆਪਣੇ ਸਰੀਰ ਦਾ ਆਪ ਹੀ ਸੰਸਕਾਰ ਕਰ ਲਵਾਂਗਾ। ਹੁਣ ਸਾਰੀ ਸੰਗਤ ਤੋਂ ਹੋਰ ਵੀ ਹੈਰਾਨ ਹੋ ਗਈ। ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਦੀ ਭੀੜ ਲੱਗ ਗਈ, ਸਿੱਖ ਸੰਗਤ ਦੇ ਨਾਲ ਹੋਰ ਲੋਕ ਵੀ ਦੇਖਣ ਲਈ ਆ ਗਏ, ਪੁਲਿਸ ਵੀ ਮੌਕੇ ਤੇ ਪਹੁੰਚ ਗਈ। ਸਵੇਰੇ ਉਸ ਬਾਬਾ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ। ਉਹਨਾਂ ਨੇ ਤਨ ਤੇ ਬਹੁਤ ਘੱਟ ਕੱਪੜੇ ਪਹਿਨੇ ਹੋਏ ਸੀ। ਪਾਠ ਸੰਪੂਰਨ ਹੋਣ ਤੋਂ ਬਾਅਦ ਉਹ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਲ ਸਿਰ ਕਰਕੇ ਲੇਟ ਗਏ ਅਤੇ ਆਪਣੇ ਸਵਾਹ ਤਿਆਗ ਦਿੱਤੇ। ਕੁਝ ਸਮੇਂ ਬਾਅਦ ਉਹਨਾਂ ਦੀ ਨਾਭੀ ਵਿੱਚੋਂ ਦੂਧੀਆ ਰੰਗ ਦੀ ਅਗਨੀ ਨਿਕਲਦੀ ਹੋਈ ਦਿਖਾਈ ਦਿੱਤੀ ਅਤੇ ਉਹਨਾਂ ਦਾ ਸਰੀਰ ਜਲਣਾ ਸ਼ੁਰੂ ਹੋ ਗਿਆ। ਹੁਣ ਆਦਤ ਅਨੁਸਾਰ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਹਜਮ ਨਹੀਂ ਹੋਵੇਗੀ ਕਿ ਸਰੀਰ ਵਿੱਚੋਂ ਦੂਧੀਆ ਰੰਗ ਦੀ ਜੋਤ ਕਿਵੇਂ ਨਿਕਲ ਸਕਦੀ ਹੈ, ਤਾਂ ਇਸ ਗੱਲ ਦਾ ਜਵਾਬ ਸੰਤ ਸਿੰਘ ਮਸਕੀਨ ਜੀ ਏਦਾਂ ਦਿੰਦੇ ਨੇ ਕਿ ਏਦਾਂ ਦੀ ਹੀ ਘਟਨਾ ਅਜੋਕੇ ਸਮੇਂ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਾਪਰੀ ਸੀ। ਵਾਸੂ ਭਾਰਦਵਾਜ ਨਾਮ ਦਾ ਨਿਊਰੋ ਸਾਇੰਟਿਸਟ ਜੋ ਕਿ ਬੋਨ ਕੈਂਸਰ ਦਾ ਮਰੀਜ਼ ਸੀ ਅਤੇ ਆਖਰੀ ਸਟੇਜ ਤੇ ਸੀ, ਡਾਕਟਰਾਂ ਵੱਲੋਂ ਵੀ ਉਸਨੂੰ ਜਵਾਬ ਦੇ ਦਿੱਤਾ ਗਿਆ ਸੀ ਅਤੇ ਉਸਦੀ ਜ਼ਿੰਦਗੀ ਦੇ ਆਖਰੀ 15 ਦਿਨ ਹੀ ਬਚੇ ਸੀ। ਜਦੋਂ ਉਸਨੂੰ ਐਂਬੂਲੈਂਸ ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਲਿਆਉਂਦਾ ਗਿਆ, ਉਹਨਾਂ ਦੀ ਇੰਨੀ ਬੁਰੀ ਹਾਲਤ ਸੀ ਕਿ ਉਹਨਾਂ ਨੂੰ ਉੱਥੇ ਲੇਟ ਕੇ ਹੀ ਪਾਠ ਸੁਣਨਾ ਪਿਆ। ਉਹ ਲੇਟ ਕੇ ਪਾਠ ਸੁਣ ਹੀ ਰਹੀ ਸੀ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇੱਕ ਦੂਧੀਆ ਰੰਗ ਦੀ ਜੋਤ ਨਿਕਲ ਕੇ ਉਹਨਾਂ ਦੇ ਮੱਥੇ ਨਾਲ ਜਾ ਲੱਗੀ। ਉਸ ਘਟਨਾ ਤੋਂ ਬਾਅਦ ਉਹਨਾਂ ਨੂੰ ਇੰਨਾ ਫਰਕ ਮਹਿਸੂਸ ਹੋਇਆ ਕਿ ਉਹਨਾਂ ਨੇ ਬੈਠ ਕੇ ਪਾਠ ਸੁਣਿਆ। ਜਦੋਂ ਅਰਦਾਸ ਹੋਈ ਤਾਂ ਅਰਦਾਸ ਦੇ ਵਿੱਚ ਉਹ ਖੜੇ ਵੀ ਹੋ ਗਏ। ਇਹ ਸਾਰਾ ਕੁਝ ਦੇਖ ਕੇ ਉਹਨਾਂ ਦੇ ਪਰਿਵਾਰ ਵਾਲੇ ਅਤੇ ਉੱਥੇ ਮੌਜੂਦ ਗ੍ਰੰਥੀ ਸਿੰਘ ਵੀ ਹੈਰਾਨ ਸਨ। ਸੋ ਉਸ ਦੂਧੀਆ ਜੋਤ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ। ਜਿਸ ਦੇ ਅੰਦਰ ਪਰਮਾਤਮਾ ਦਾ ਵਾਸਾ ਹੁੰਦਾ ਹੈ ਉਸ ਦੇ ਅੰਦਰ ਹੀ ਇਹ ਪ੍ਰਗਟ ਹੋ ਜਾਂਦੀ ਹੈ। ਸੋ ਬਾਬਾ ਜੀ ਦੀ ਨਾਭੀ ਵਿੱਚੋਂ ਇੱਕ ਦੂਧੀਆ ਜੋਤ ਨਿਕਲਦੀ ਹੈ ਅਤੇ ਹੌਲੀ ਹੌਲੀ ਸਰੀਰ ਜਲਣਾ ਸ਼ੁਰੂ ਹੋ ਜਾਂਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਥੱਲੇ ਵਿੱਚ ਹੀ ਦਰੀ ਨੂੰ ਅੱਗ ਨਹੀਂ ਲੱਗਦੀ ਅਤੇ ਨਾ ਹੀ ਸਰੀਰ ਜਲਣ ਤੋਂ ਬਾਅਦ ਕੋਈ ਰਾਖ ਜਾਂ ਹੱਡੀ ਉੱਥੇ ਬਚਦੀ ਹੈ। ਜੇਕਰ ਉੱਥੇ ਕੁਝ ਬਚਦਾ ਹੈ ਤਾਂ ਛੋਟੀ ਸ਼੍ਰੀ ਸਾਹਿਬ। ਇਹ ਘਟਨਾ ਦਾ ਗਵਾਹ ਸਾਰਾ ਇਲਾਕਾ ਹੈ। ਜਦੋਂ ਸੰਤ ਸਿੰਘ ਮਸਕੀਨ ਜੀ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਵੀ ਵੇਖਣ ਲਈ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਗਏ। ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਤਾਂ ਉਹਨਾਂ ਨੂੰ ਚੰਦਨ ਦੀ ਬਹੁਤ ਜ਼ਿਆਦਾ ਸੁਗੰਧ ਆਈ। ਮਸਕੀਨ ਜੀ ਨੇ ਸੰਗਤ ਤੋਂ ਪੁੱਛਿਆ ਕਿ ਤੁਸੀਂ ਚੰਦਨ ਰਗੜਿਆ ਹੈ, ਤਾਂ ਸੰਗਤ ਨੇ ਉਹਨਾਂ ਨੂੰ ਦੱਸਿਆ ਕਿ ਜਦੋਂ ਤੋਂ ਬਾਬਾ ਜੀ ਗਏ ਨੇ ਉਦੋਂ ਤੋਂ ਹੀ ਸੁਗੰਧ ਆ ਰਹੀ ਹੈ। ਇਹ ਦੂਧੀਆ ਪ੍ਰਕਾਸ਼ ਇੱਕ ਦਿਨ ਉੱਥੇ ਰਿਹਾ ਅਤੇ ਚੰਦਨ ਦੀ ਖੁਸ਼ਬੂ 15 ਦਿਨ ਤੱਕ ਰਹੀ। ਸੋ ਜਿਨ੍ਹਾਂ ਨੂੰ ਅਜੇ ਵੀ ਗੁਰੂ ਦੀ ਲੀਲਾ ਤੇ ਸ਼ੰਕਾ ਹੈ ਉਹ ਆਪ ਇਸ ਖਬਰ ਬਾਰੇ ਪੁਸ਼ਟੀ ਕਰ ਸਕਦੇ ਨੇ, ਕਿਉਂਕਿ 1995 ਦੇ ਅਖ਼ਬਾਰਾਂ ਦੇ ਵਿੱਚ ਇਹ ਖਬਰ ਆਮ ਹੀ ਛਪੀ ਸੀ। ਗੁਰੂ ਦੀ ਲੀਲਾ ਅਤੇ ਗੁਰੂ ਕਿਰਪਾ ਨੂੰ ਸੱਚ ਮੰਨਣ ਵਾਲੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣ।